ਗੱਲ ਸਰ ਝਗੜਾ ਹੀ ਹੋਇਆ ਵਾ, ਮਤਲਬ ਆਪਸ ਵਿੱਚ ਮੇਰਾ ਬ੍ਰਦਰ ਹੀ ਤੇ ਮੁੰਡੇ, ਉਹ ਨਾ ਘਰੋਂ ਉੱਠ ਕੇ ਗਿਆ ਵਾ ਉਧਰੋਂ, ਤੇ ਮੁੰਡੇ ਰਸਤੇ ਦੇ ਵਿੱਚ ਨਾ ਇੱਥੇ ਬੈਂਕ ਵਾਲੀ ਗਲੀ 'ਚ ਉਹਨਾਂ ਨੇ ਘੇਰਾ ਪਾ ਲਿਆ ਉਹਨੂੰ, ਤੇ ਪਹਿਲੇ ਤੇ 4-5 ਮੁੰਡੇ ਸੀ, ਫਿਰ ਇਹਨਾਂ ਨੇ ਹੋਰ ਮੁੰਡੇ ਸੱਦ ਲਏ ਅੱਗੋਂ, ਉਹ ਤੇ ਦੌੜ ਗਿਆ ਇੱਥੋਂ ਤੇ ਦੌੜ ਗਿਆ ਜਾਨ ਬਚਾ ਕੇ, ਤੇ ਬਾਅਦ ਵਿੱਚ ਇਹਨਾਂ ਨੇ ਨਾ ਅੱਗੋਂ ਦੀ ਹੋਰ ਮੁੰਡੇ ਬੁਲਾ ਕੇ ਇਹਨਾਂ ਨੇ ਪਿਸਟਲ ਲੋਡ ਕੀਤਾ ਹੋਇਆ ਸੀ, ਤੇ ਕਹਿੰਦੇ ਕਿ ਉਹਦੇ ਗੋਲੀ ਮਾਰਨ ਲੱਗੇ ਸੀ, ਤੇ ਉਹਨੇ ਅੱਗੋਂ ਫੜ ਕੇ ਜਦੋਂ ਇਹਨਾਂ ਦੇ ਆਪਸ ਵਿੱਚ ਮਤਲਬ ਲੱਗ ਗਏ ਘੁਲਣ ਲੱਗ ਗਏ ਆਪਸ ਵਿੱਚ, ਤੇ ਬਾਅਦ ਵਿੱਚ ਇਹਨਾਂ ਨੇ ਕੀਤਾ ਕਿ ਉਹਨੂੰ ਮਤਲਬ ਮੁੰਡੇ ਸਾਡੇ ਨੇ ਇਹਨਾਂ ਕੋਲ ਪਿਸਟਲ ਖੋਹ ਲਿਆ, ਪਿਸਟਲ ਖੋਹ ਕੇ ਉਹਨੇ ਇਹਨਾਂ ਦੇ ਉੱਤੇ ਤਾਨ ਦਿੱਤਾ, ਤੇ ਉਹ ਇਹ ਪਹਿਲੇ ਕਹਿੰਦਾ ਰਿਹਾ ਕਿ ਮੇਰੇ ਤੇ ਗੋਲੀ ਨਾ ਚਲਾਇਓ ਨਾ ਮਾਰਿਓ, ਉਹ ਜਿਹੜਾ ਦੂਜਾ ਮੁੰਡਾ ਯੋਧਾ ਉਹਨੇ ਲੱਗਾ ਸੀ ਗੋਲੀ ਚਲਾਉਣ, ਇਹਨੇ ਫੜ ਕੇ ਇਹਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ। ਉਸ ਤੋਂ ਬਾਅਦ ਕੀ ਹੁੰਦਾ ਘਰ ਦੇ ਭੰਗ? ਇਹ ਉਹਨਾਂ ਦੇ ਨਾ ਮੁੰਡੇ ਆ ਜਿਹੜੇ ਉਹਨੇ ਗੈਂਗਸਟਰ ਆਪਣੇ ਗੈਂਗ ਰੱਖੀ ਦੀ ਹੈ ਦਾਤਰ ਨੇ, ਤੇ ਉਹ ਆਉਂਦੇ ਨੇ ਬਾਅਦ ਵਿੱਚ, ਤੇ ਮਤਲਬ ਪਹਿਲੇ ਤੇ ਗਾਲਾਂ ਗੁਲਾਂ ਵੀ ਕੱਢਦੇ ਆ ਕਾਫੀ। ਮੈਂ ਤੇ ਗਈ ਸੀ ਦਫ਼ਤਰ, ਮੈਂ ਦਫ਼ਤਰ ਤੋਂ ਆਈ ਆ ਜਦੋਂ ਤੇ ਅੱਗੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰ ਤੋੜ ਭੰਨ ਕਰ ਗਏ ਆ, ਤੇ ਸਾਰਾ ਸਮਾਨ ਘਰ ਦਾ ਭੰਨ ਗਏ ਆ, ਕੁਛ ਨਹੀਂ ਛੱਡ ਕੇ ਗਏ, ਮੰਮੀ ਹੁਣੀ ਘਰ ਨਹੀਂ ਹੈਗੇ, ਡੈਡੀ ਵੀ ਹੈ ਨਹੀਂ ਘਰ, ਤੇ ਸਾਡੀ ਕੁੱਤੀ ਹੀ ਘਰ, ਕੁੱਤੀ ਦੇ ਸਿਰ 'ਚ ਵੀ ਦਾਤਰ ਮਾਰ ਗਏ ਆ ਕੇ। ਕਿੰਨੇ ਕੁ ਨੌਜਵਾਨ ਦੇ ਪਤਾ ਲੱਗਾ? ਕਿੰਨੇ ਕੁ ਹੋਣੇ, ਕੋਈ 20-25 ਨੌਜਵਾਨ। ਕੁੱਤੇ ਦੇ ਹੁਣ ਪਹਿਲੇ ਤੇ ਬਹੁਤ ਮਾੜੇ ਸੀ ਉਹ, ਵੇਖ ਲਓ ਬੋਟੀਆਂ ਵੀ ਹਜੇ ਤੱਕ ਖਿਲਰੀ ਦੀਆਂ ਕੁੱਤੇ ਦੀਆਂ। ਮੈਂ ਆ ਕੇ ਅਚਾਨਕ ਵੇਖਿਆ, ਮੈਂ ਲੈ ਕੇ ਗਈ ਆ ਉਹਨੂੰ, ਤੇ ਉਹਦੇ ਟਾਂਕੇ ਲੱਗੇ, 5 ਟਾਂਕੇ ਲੱਗੇ ਆ, ਤੇ ਹਜੇ ਤੱਕ ਹੋਸ਼ ਨਹੀਂ ਕਰਦੀ ਪਈ ਹੈਗੀ। ਘਰ 'ਚ ਕੋਈ ਨਹੀਂ, ਸਿਰਫ ਕੁੱਤਾ ਹੀ ਹੁੰਦਾ, ਤੇ ਤੁਹਾਨੂੰ ਪਤਾ ਹੀ ਜੇ ਕੁੱਤੇ ਨੂੰ ਨਹੀਂ ਉਹਨਾਂ ਨੇ ਛੱਡਿਆ ਤੇ ਇਨਸਾਨ ਨੂੰ ਕਿੱਥੋਂ ਛੱਡ ਦੇਣਾ ਸੀ। ਮੰਗ ਇਹੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਏ, ਜੇ ਸਾਡੇ ਬੱਚੇ ਦੀ ਚਲੋ ਗਲਤੀ ਹੈਗੀ ਆ, ਉਹਨੇ ਆਪਣੇ ਸੈਲਫ ਡਿਫੈਂਸ ਲਈ ਸਿਰਫ ਕਿ ਉਹਦਾ ਕੋਈ ਪਿਸਟਲ ਫੜ ਕੇ ਜੇ ਉਹ ਨਾ ਮਾਰਦਾ ਤੇ ਉਹਨਾਂ ਨੇ ਸਾਡੇ ਮੁੰਡੇ ਨੂੰ ਮਾਰ ਦੇਣਾ ਸੀ, ਤੇ ਉਹਨੇ ਆਪਣੇ ਸੈਲਫ ਡਿਫੈਂਸ ਲਈ ਉਹਨਾਂ ਤੇ ਗੋਲੀ ਚਲਾਈ ਹੈ, ਤੇ ਬਾਕੀ ਜੇ ਤੇ ਚਲੋ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਜੇ ਗਲਤੀ ਹੋਈ ਹੈ ਉਹਦੀ ਸਜ਼ਾ ਠੀਕ ਹੈ ਉਹਨੂੰ ਦਿੱਤੀ ਜਾਏ, ਪਰ ਨਜਾਇਜ਼ ਨਾ ਕੀਤੀ ਜਾਏ, ਕਿ ਸਾਡੇ ਬੱਚੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ। ਜਦੋਂ ਵੀ ਸਾਨੂੰ ਸਾਡੇ ਕੰਟੈਕਟ ਵਿੱਚ ਉਹ ਆਏਗਾ ਆਪਾਂ ਨੂੰ ਖੁਦ ਪੇਸ਼ ਕਰਵਾਵਾਂਗੇ। ਅੱਜ ਉਹ ਜਿਹੜਾ ਵਾਰਦਾਤ ਹੋਈ ਹੈ ਉਹਦੇ ਸੰਬੰਧ 'ਚ ਦੋ ਪਾਰਟੀਆਂ ਉਹਨਾਂ ਨੇ ਜਿਹੜਾ ਸਾਭੀ ਇੱਕ ਦੂਜੀ ਧਿਰ ਵਾਲਾ ਉਹਦੇ ਘਰ ਭੰਨਤੋੜ ਕੀਤੀ ਹੈ। ਘਰ ਕੋਈ ਹੈ ਨਹੀਂ ਸੀ, ਕਾਫੀ ਭੰਨਤੋੜ ਅੰਦਰ ਵੀ ਗੇਟ ਦੀ ਕਰਕੇ ਪਰਚਾ ਦਰਜ ਹੋਊਗਾ ਜੀ, ਚੱਲ ਰਹੀ ਤਫਤੀਸ਼, ਤਫਤੀਸ਼ 'ਤੇ ਪ੍ਰੋਪਰ ਜਿਹੜੀ ਜੋ ਜੋ ਅਮਲ ਲਿਆਂਦੀ ਜਾਊਗੀ, ਜੋ ਸਾਹਮਣੇ ਆਊਗਾ, ਜੋ ਜੋ ਵੀ ਤਫਤੀਸ਼ ਦੇ ਪਾਠ ਦੇ ਵਿੱਚ ਆਊਗਾ ਉਹਨੂੰ ਉਸ ਤਰੀਕੇ ਨਾਲ ਹੀ ਡਨ ਕੀਤਾ ਜਾਊਗਾ। ਜਿਸ ਤਫਤੀਸ਼ ਦਾ ਪਾਠ ਹੈ ਜੀ ਸਾਰਾ ਕਲੀਅਰ ਕਰਾਂਗੇ ਵੀ ਕੌਣ ਕੌਣ ਸੀ ਕੌਣ ਨਹੀਂ ਸੀ, ਪਰ ਜੋ ਵੀ ਉਹਦੇ 'ਚ ਆਊਗਾ ਉਹ ਬਕਾਇਦਾ ਉਹਦੇ 'ਤੇ ਕਾਨੂੰਨੀ ਕਾਰਵਾਈ। ਲੋਕ ਮੂਹਰੇ ਹੋ ਕੇ ਬੋਲਦੇ ਨਹੀਂ, ਬਹੁਤ ਪਿੱਛੋਂ ਦੱਸਣਗੇ ਕਿ ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਪਰ ਜਦੋਂ ਪੁਲਿਸ ਆਉਂਦੀ ਹੈ ਤਾਂ ਪੁਲਿਸ ਦੇ ਹੱਥ ਉਸ ਨੂੰ ਵੀ ਕੁਛ ਨਹੀਂ ਆਉਂਦਾ ਸੀਸੀਟੀਵੀ ਤੋਂ ਇਲਾਵਾ। ਇਹ ਤਾਂ ਤੁਹਾਨੂੰ ਲੋਕਾਂ ਨੂੰ ਕਹਿਣਾ ਚਾਹੀਦਾ, ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ, ਜਿੱਦਣ ਆਪਦੇ ਪੈਰਾਂ 'ਚ ਆ ਕੇ ਅੱਗ ਲੱਗਦੀ ਹੈ ਉਦੋਂ ਜੋ ਟੱਪਣਾ, ਜਦ ਦੂਜੇ ਦੇ ਪੈਰਾਂ 'ਤੇ ਲੱਗਦੀ ਹੈ ਉਦੋਂ ਕਿਉਂ ਨਹੀਂ ਇਕੱਠੇ ਹੁੰਦੇ? ਕ੍ਰਾਈਮ ਦੇ ਅਗੇਂਸਟ ਇਕੱਠੇ ਹੋਣਗੇ ਤਾਂ ਸਾਰੇ ਬਚਣਗੇ। ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਆਪਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਕਿਤੇ ਕਿਸੇ ਕਿਸਮ ਦਾ ਵੀ ਹੈ, ਚਾਹੇ ਕੋਈ ਨਸ਼ੇ ਦਾ, ਚਾਹੇ ਕੋਈ ਇਹੋ ਜਿਹਾ ਕੁੱਟਮਾਰ ਦਾ, ਕੋਈ ਹੀ ਨਹੀਂ ਇਸ ਕ੍ਰਾਈਮ ਹੈ, ਐਟਲੀਸਟ ਮਾੜੇ ਬੰਦਿਆਂ ਦੇ ਅੱਗੇ ਖੜਾਂਗੇ ਤਾਂ ਹੀ ਉਹਨਾਂ ਨੂੰ ਰੋਕਾਂਗੇ, ਨਹੀਂ ਤਾਂ ਗਲੀ 'ਚ ਇੱਕ ਇਹੋ ਜਿਹਾ ਘਰ ਇਕੱਲਾ ਤਾਂ ਫਿਰ ਉਹ ਇਕੱਲਾ ਹੀ ਆ, ਉਹ ਹਰ ਕਿਸੇ ਦਾ ਹੀ ਇਕੱਲਾ। ਜਦੋਂ ਪਤਾ ਕਿ ਗਲੀ ਦੇ ਵਿੱਚ ਕੋਈ ਕਿਸੇ ਨੇ ਕੋਈ ਗਲਤ ਕੀਤਾ, ਕੋਈ ਕੁੱਟਮਾਰ ਕਰੂ ਤਾਂ ਬਾਕੀ ਖੜੇ ਹੋ ਜਾਂਦੇ ਆ,
ਤੇ ਫਿਰ ਆਪਣੇ ਆਪ ਮਾੜੇ ਆਂਸਰ ਬੈਠੇ।